दोस्तों चेक करो जनाब, मैं सी 385। जिस तरीके सारे दोस्तों ने पता है भाई विसाख आया हुआ है, तो कनक जनाब आखिरी मरहले च है ने। चेक करो दोस्तों, यह गल करने जनाब ट्रैक्टर के मालिक नाल ते मशीन के नाल, ते उहदे को पुछने भी अजकल किराया कितना चलता पिया है। अस्सलाम वालेकुम जी, की हाल चाल ने? की नाम तुहाडा? अहमदीन भाई, रेट की चलता पिया? किराया कितना लेंदे पए ने एक किले दा? असीं लै रहे 4000 रुपया एक किले। 4000 किले दा लेंदे पए जी? ते आ जिहड़े लेबर मजदूर हैगे ने, इह सवा मन लै रहे ने 50 किलो। 50 किलो लेंदे पए ने? ਤੇ ਦਾਣੇ ਕੌਣ ਸੁੱਟਦਾ ਪਿਆ ਹੈ? ਦਾਣੇ ਮਾਲਕ ਜਿਨ੍ਹਾਂ ਦੀ ਕਿਰਨਾ ਗੰਦਮ ਹੈ। ਇਹਦਾ ਮਤਲਬ ਡੇਢ ਮਣ ਤੇ ਗੱਲ ਗਈ ਚਲੀ? ਹਾਂ, ਡੇਢ ਮਣ ਤੇ। ਦੋਸਤੋ, ਕਿੰਨੇ ਤਦਾਦ ਤੁਹਾਡੀ ਮਜ਼ਦੂਰਾਂ ਦੀ? 10 ਤੋਂ 12। 10 ਬੰਦੇ ਨੇ? ਹਾਂਜੀ। ਇੱਕ ਦਿਨ ਵਿੱਚ ਕਿੰਨੇ ਦੂਸਰਾ ਗਾਹ ਲੈਂਦੇ ਨੇ ਕਿੱਲੇ? ਬਸ ਮੌਸਮ ਦੇ ਹਿਸਾਬ ਨਾਲ ਹੈ, ਜੇ ਟਾਈਮ ਨਾਲ ਲਾ ਲਈਏ ਤੇ 6-7 ਕਿੱਲੇ ਵੀ ਜਾ ਸਕਦੇ ਨੇ, 4-5। ਰਾਤ ਨੂੰ ਤਾਂ ਨਹੀਂ ਚੱਲਦੀ ਮਸ਼ੀਨ? ਨਹੀਂ, ਸ਼ਾਮ ਤੋਂ ਅਜ਼ਾਨ ਬੰਦ ਕਰ ਦਿੰਦੇ, ਮਗਰਬ ਤੋਂ ਬਾਅਦ ਬੰਦ ਕਰ ਦਿੰਦੇ? ਹਾਂ, ਫੌਰਨ ਬੰਦ ਕਰ ਦਿੰਦੇ। ਅੱਛਾ ਅਮਨ ਭਈਆ, ਜਿਹੜਾ ਤੁਹਾਡਾ 85 ਹੈ, ਇਹ ਡੀਜ਼ਲ ਕਿੰਨਾ ਪੀ ਜਾਂਦਾ ਕਿੱਲੇ ਤੇ? 1500-2000 ਤੱਕ ਪੀ। 1500 ਤੋਂ ਲੈ ਤੇ 2000 ਰੁਪਏ ਤੱਕ, ਮਤਲਬ 12-14 ਲੀਟਰ ਪੀ ਜਾਂਦਾ ਕਿੱਲੇ ਤੇ? ਚੋਖਾ ਤਾਂ ਨਹੀਂ ਪੀਂਦਾ ਪਿਆ? ਨਹੀਂ, ਚੋਖਾ ਨਹੀਂ, ਪੂਰਾ ਪੂਰਾ। ਕਦੇ ਕਦੇ ਕੋਈ ਐਸੀ ਕਣਕ ਹੁੰਦੀ ਹੈ 2500 ਦਾ ਵੀ ਪੀ ਜਾਂਦਾ। ਅੱਛਾ, ਉਹ ਕਿਸਨੀ ਹੁੰਦੀ ਹੈ? ਹਾਂਜੀ, ਠੀਕ ਹੋ ਗਿਆ। ਮੈਂ ਕਾਫੀ ਮਸ਼ੀਨਾਂ ਵੇਖੀ ਨੇ, ਦੋ ਬੰਦੇ ਮੁੱਠਾਂ ਲਾਉਂਦੇ ਪਏ ਨੇ ਬਵਲ ਹੋਰ ਵਾਲੀ ਸਾਈਡ ਤੇ। ਹਾਂਜੀ ਨਹੀਂ ਜੀ, ਉਹ ਇਲਾਕੇ 'ਚ ਫਰਕ ਹੁੰਦਾ। ਅੱਛਾ, ਹਾਂਜੀ, ਆਪਣੀ ਮਸ਼ੀਨ ਇੱਕ ਹੀ ਮਸੇ ਬੰਦੇ ਨੂੰ ਬਰਦਾਸ਼ਤ ਕਰਦੀ ਹੈ? ਆਪਣੀ ਜ਼ਮੀਨ ਜਿਹੜੀ ਹੈ ਨਾ, ਇਹ ਮਕਾਨ ਵਾਲੀ ਹੁੰਦੀ, ਉਹ ਜ਼ਮੀਨ ਥੋੜਾ ਉਹ ਗੰਦਮ ਦੇ ਜਿਹੀ ਹੌਲੀ ਹੁੰਦੀ ਮੱਛੀ। ਅੱਛਾ, ਮਤਲਬ ਕਣ ਜ਼ਿਆਦਾ ਹੈ, ਝਾੜ ਜ਼ਿਆਦਾ ਆਪਣੇ ਇਲਾਕੇ ਦਾ? ਠੀਕ ਹੋ ਗਿਆ। ਦੋਸਤੋ, ਇਹ ਚੈੱਕ ਕਰੋ ਜਨਾਬ, ਇੱਥੇ ਚੁੱਕਦੀ ਪਈ ਹੈ ਲੇਬਰ, ਅਤੇ 1-2 ਤੀਸਰੇ ਕਿੱਲੇ 'ਚ ਲਿਜਾਂਦੇ ਪਏ ਨੇ।
लेबर का काम है तो लेबर की मजदूरी तो मशीन तो ट्रैक्टर की परफॉर्मेंस तो वेख ली है। तो हम मैं सारे दोस्तों याद चाहना मेजबान मियां मोहम्मद अफसर बट्टू। अल्लाह हाफिज़। पाकिस्तान जिंदाबाद।